ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਦੇਸ ਪ੍ਰਦੇਸ਼ ਲਾਈਵ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ। ਸ਼ੋਅ ਡੈਡੀਕੇਟਡ ਕਰ ਰਹੇ ਹਾਂ ਸਿਰਫ ਤੇ ਸਿਰਫ US ਨੂੰ, ਕਿਉਂਕਿ ਪੰਜਾਬ ਨਾਲ ਲੱਗਦੀਆਂ ਸਟੇਟਸ ਤੋਂ ਬਹੁਤ ਸਾਰੇ ਸਵਾਲ ਸਾਨੂੰ ਆਏ ਨੇ ਕਿ ਸਾਨੂੰ ਜਿਹੜੀ USA ਦੀ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅੱਜ ਦੀ ਡੇਟ ਦੇ ਵਿੱਚ। ਵਿਦ ਆਇਲਸ ਵੀ ਜਿਹੜੀ ਪ੍ਰਮੋਟ ਕੀਤਾ ਜਾ ਰਿਹਾ ਇਹਨੂੰ, ਔਰ ਵਿਦਆਊਟ ਆਇਲਸ ਬਹੁਤ ਵੱਡੇ ਪ੍ਰਮੋਟ ਜਿਹੜਾ ਕੀਤਾ ਜਾ ਰਿਹਾ ਵੱਡੇ ਪੱਧਰ 'ਤੇ। ਕੀ ਇੰਨੀ ਕੁ ਇੱਕ ਜਿਹੜਾ ਵਿਦਿਆਰਥੀ ਬਹੁਤ ਘੱਟ ਇੰਗਲਿਸ਼ ਦੇ ਨਾਲ ਵਿਦੇਸ਼ ਜਾਣ ਦੀ ਸੋਚ ਰਿਹਾ ਕਿ ਉਹ ਕਾਮਯਾਬ ਹੋ ਸਕੇਗਾ, ਕਿ ਇਹ ਸੱਚ ਹੈ ਕਿ ਵਿਦਆਊਟ ਆਇਲਸ ਵੀ USA ਦਾ ਵੀਜ਼ਾ ਲੱਗ ਸਕਦਾ? ਜੇ ਲੱਗ ਸਕਦਾ ਤਾਂ ਕਿਵੇਂ ਇੱਕ ਵਿਦਿਆਰਥੀ ਸਰਵਾਈਵ ਕਰੇਗਾ, ਔਰ ਸਹੀ ਰਸਤਾ ਕੀ ਹੈਗਾ USA ਜਾਣ ਦਾ? ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਮਿਸਟਰ ਪ੍ਰਗਟ ਸਿੰਘ ਜੀ ਸਾਡੇ ਨਾਲ ਇਸ ਮੰਚ 'ਤੇ ਮੌਜੂਦ ਨੇ, ਸਟੱਡੀ ਗਲੋਬਲ ਤੋਂ, ਜੋ ਕਿ ਅੱਜ ਆਪਣੀ ਕੰਪਨੀ ਬਾਰੇ ਕਾਫੀ ਸਾਰੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਦੇਣਗੇ, ਅਤੇ ਨਾਲੋਂ ਨਾਲ USA ਬਾਰੇ ਵੀ ਚਰਚਾ ਕਰਨਗੇ। ਪ੍ਰਗਟ ਜੀ, ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰ ਜਾਊਂਗਾ ਕਿ ਕੰਪਨੀ, ਤੁਸੀਂ ਪਹਿਲੀ ਵਾਰ ਇਸ ਮੰਚ 'ਤੇ ਮੇਰੇ ਨਾਲ ਬੈਠੇ ਹੈਗੇ ਹੋ, ਕੰਪਨੀ ਜਿਹੜੀ ਹੈਗੀ ਹੈ ਉਹ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦੀ ਪਛਾਣ ਰੱਖਦੀ ਹੈ? ਸਾਡੀ ਕੰਪਨੀ ਪਿਛਲੇ 15 ਸਾਲਾਂ ਤੋਂ ਸਪੈਸ਼ਲੀ USA ਨੂੰ ਹੀ ਡੀਲ ਕਰ ਰਹੀ ਹੈ ਜੀ, ਅਤੇ ਅਸੀਂ ਬਹੁਤ ਸਾਰੇ ਵਿਦਿਆਰਥੀ USA ਭੇਜੇ ਨੇ, ਵਿਦ ਆਇਲਟਸ ਵੀ ਅਤੇ ਵਿਦਆਊਟ ਆਇਲਟਸ ਵੀ। ਵਿਦਆਊਟ ਆਇਲਟਸ ਬੇਸਿਕਲੀ ਇਹਦੇ ਵਿੱਚ ਜਿਹੜਾ ਮੇਨ ਜ਼ਰੂਰੀ ਹੁੰਦਾ ਕਿ ਬੱਚੇ ਦੀ ਇੰਨੀ ਕੁ ਇੰਗਲਿਸ਼ ਹੋਣੀ ਜ਼ਰੂਰੀ ਹੈ ਤਾਂ ਕਿ ਉਹ ਇੰਟਰਵਿਊ ਫੇਸ ਕਰ ਸਕੇ। ਪਰ ਇਹਦਾ ਉਲਟਾ ਅਸਰ ਇਹ ਹੁੰਦਾ ਪੰਜਾਬ ਦੇ ਵਿੱਚ ਕਿ ਵਿਦਆਊਟ ਆਇਲਸ ਇਹ ਸੋਚ ਲੈਂਦੇ ਵੀ ਜਿਹੜਾ ਸਿੰਗਾਪੁਰ ਜਾਣ ਦੇ ਕਾਬਿਲ ਹੈ ਉਹ USA ਨੂੰ ਤੁਰ ਪੈਂਦਾ ਹੈ, ਕਿ ਇੰਗਲਿਸ਼ ਨਹੀਂ ਆ ਰਹੀ ਤਾਂ ਅਪਲਾਈ ਕਰ ਦਿਓ। ਨਹੀਂ ਨਹੀਂ ਇੱਦਾਂ, ਇਹ ਜ਼ਰੂਰੀ ਨਹੀਂ ਹੈ ਜੀ। ਇੰਨੀ ਕੁ ਇੰਗਲਿਸ਼ ਤਾਂ ਆਪਾਂ ਨੂੰ ਐਟਲੀਸਟ ਆਉਣੀ ਚਾਹੀਦੀ ਕਿ ਬੱਚਾ ਆਪਣੇ ਆਪ ਨੂੰ ਈਜ਼ੀਲੀ ਡਿਫਾਈਨ ਕਰ ਸਕੇ, ਬਿਕੋਜ਼ ਉੱਥੇ ਖੜ੍ਹੇ ਹੋ ਕੇ ਇੰਟਰਵਿਊ ਦੇਣੀ ਹੁੰਦੀ ਹੈ, ਅਤੇ ਜੇ ਬੱਚੇ 'ਚ ਥੋੜ੍ਹੀ ਜਿਹੀ ਕਮੀ ਪੇਸ਼ੀ ਹੁੰਦੀ ਹੈ ਤਾਂ ਉਹਨੂੰ ਅਸੀਂ ਸੁਧਾਰਦੇ ਹਾਂ ਜੀ। ਅਸੀਂ ਉਹਨੂੰ ਪ੍ਰਪਰੇਸ਼ਨ ਕਰਾਉਂਦੇ ਹਾਂ, ਉਹਦੀ ਇੰਟਰਵਿਊ ਪ੍ਰਪਰੇਸ਼ਨ ਹੁੰਦੀ ਹੈ, ਅਤੇ ਉਹਨੂੰ ਉਹਦਾ ਸੈਲਫ ਕੌਨਫੀਡੈਂਸ ਜਿਹੜਾ ਉਹ ਬੂਸਟ ਕੀਤਾ ਜਾਂਦਾ ਜੀ। ਅਤੇ ਜੇ ਆਇਲਟਸ ਦੇ ਵਿੱਚ ਕਈ ਵਾਰ ਸਕੋਰ ਘੱਟ ਵੀ ਰਹਿ ਜਾਂਦਾ ਤਾਂ ਉਹ ਬੱਚਾ ਈਜ਼ੀਲੀ ਅਪਲਾਈ ਕਰ ਸਕਦਾ। ਮਤਲਬ ਡਿਮਾਂਡ ਕੀ ਹੈ ਉੱਧਰ, ਯੂਨੀਵਰਸਿਟੀਆਂ ਮੰਗਦੀਆਂ ਨਹੀਂ ਇੰਗਲਿਸ਼? ਨਹੀਂ, ਐਕਚੁਲੀ ਇਹ ਹੈ ਕਿ ਸਾਨੂੰ ਸਟੇਟਮੈਂਟ ਆਫ ਪਰਪਸ ਦੇ ਵਿੱਚ ਮੈਂਸ਼ਨ ਕਰਨਾ ਪੈਂਦਾ ਕਿ ਸਟੂਡੈਂਟ ਨੇ ਪ੍ਰੀਵੀਅਸ ਸਟੱਡੀ ਇੰਗਲਿਸ਼ ਮੀਡੀਅਮ 'ਚ ਕੀਤੀ ਹੈ, ਅਤੇ ਉਹ ਸਾਨੂੰ ਉਹ ਸਿਰਫ ਇੰਗਲਿਸ਼ ਮੀਡੀਅਮ ਵਾਲੇ ਨੂੰ ਆਇਲਸ ਤੋਂ ਛੋਟਾ ਜਾਂ ਹਰ ਇੱਕ ਨੂੰ ਹੈ? ਨਹੀਂ, ਪ੍ਰੀਜਿਸ ਦੀ ਇੰਗਲਿਸ਼ ਮੀਡੀਅਮ 'ਚ ਸਿਰਫ ਇੰਗਲਿਸ਼? ਹਾਂਜੀ, ਉਸਦੀ ਹੁੰਦੀ ਹੈ, ਉਹ ਉਸਨੂੰ ਹੀ ਛੋਟ ਹੈ, ਬਾਕੀ ਤਾਂ ਬਾਕੀਆਂ ਲਈ ਆਇਲਸ ਕੰਪਲਸਰੀ ਹੈ, ਮੈਂਡੇਟਰੀ ਹੈ। ਹਾਂਜੀ, ਮੈਂਡੇਟਰੀ ਹੈ ਜੀ। ਅੱਛਾ, ਸ਼ੁਰੂਆਤ ਕਰਨੀ ਚਾਹੂੰਗਾ, ਜਿਵੇਂ ਤੁਸੀਂ ਗੱਲ ਕੀਤੀ ਕਿ ਸਟੱਡੀ ਗਲੋਬਲ ਜਿਹੜਾ ਹੈਗਾ, ਕਿੱਥੇ ਆਫਿਸ ਹੈ, ਕਿਹੜੇ ਕਿਹੜੇ ਕੰਟਰੀਜ਼ ਨੂੰ ਡੀਲ ਕਰ ਰਿਹਾ ਇਸ ਵਕਤ? ਅਸੀਂ ਮੇਨਲੀ USA ਨੂੰ ਅਤੇ ਬਾਕੀ ਨਿਊਜ਼ੀਲੈਂਡ, ਕੈਨੇਡਾ ਨੂੰ ਵੀ ਪ੍ਰਮੋਟ ਕਰ ਰਹੇ ਹਾਂ, ਅਤੇ USA ਨੂੰ ਸਾਡਾ ਪਿਛਲੇ 15 ਸਾਲ ਤੋਂ ਐਕਸੈਪਸ਼ਨਲ ਐਕਸਪੀਰੀਅੰਸ ਹੈ, ਬਾਕੀ ਕੈਨੇਡਾ ਅਤੇ ਨਿਊਜ਼ੀਲੈਂਡ ਦਾ ਵੀ ਰੀਸੈਂਟਲੀ ਸਾਡਾ ਅੱਛਾ ਸਕਸੈਸ ਰੇਟ ਹੈ ਜੀ। USA ਵੱਲ ਸ਼ੁਰੂਆਤ ਕਰਦੇ ਹਾਂ, ਹੁਣ ਵਿਦਿਆਰਥੀਆਂ ਦੀ ਐਲੀਜੀਬਿਲਟੀ ਤੋਂ ਮੈਂ ਕਰੂੰਗਾ, ਤੁਸੀਂ ਖੁਦ ਉੱਥੇ ਪੜ੍ਹੇ ਹੋ, ਤੁਸੀਂ ਉੱਥੇ ਦੇ ਮਾਹੌਲ ਨੂੰ ਵੀ ਦੇਖਿਆ, ਅੱਜ ਜਿਹੜੀ ਹੋੜ ਲੱਗੀ ਹੋਈ ਹੈ USA ਪਹੁੰਚਣ ਦੀ, ਪਹੁੰਚ ਮੁਹਿੰਮ ਸਟੂਡੈਂਟ ਵੀਜ਼ਾ ਦੇ ਨਾਮ ਦੇ ਉੱਪਰ ਕਿ ਅਸੀਂ USA ਪਹੁੰਚ ਜਾਈਏ, ਔਰ ਪਹੁੰਚਣ ਤੋਂ ਬਾਅਦ ਕੀ ਕਰਨਾ, ਇਹ ਸਵਾਲ ਆਪਣੇ ਆਪ ਦੇ ਵਿੱਚ ਲੁਕੋ ਕੇ ਰੱਖਦੇ ਨੇ ਵਿਦਿਆਰਥੀ, ਕਿਉਂਕਿ ਉਹਨਾਂ ਦੇ ਇੰਟੈਂਸ਼ਨਸ ਕਲੀਅਰ ਨਹੀਂ ਹੁੰਦੀ, ਹੈ ਨਾ? ਤੁਸੀਂ ਖੁਦ ਉੱਥੇ ਪੜ੍ਹੇ ਹੈਗੇ ਹੋ, ਇਸ ਚੀਜ਼ ਨੂੰ ਕਿੰਨਾ ਕੁ ਤੁਸੀਂ ਇਸ ਮੰਚ ਦੇ ਉੱਪਰ ਜ਼ਾਹਿਰ ਕਰਨਾ ਚਾਹੁੰਦੇ ਹੋ ਕਿ ਇੱਕ ਸਟੂਡੈਂਟਸ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ USA ਲਈ? USA ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਬੱਚਾ ਆਪਣੀ ਪੜ੍ਹਾਈ ਕੰਨੀ ਪੂਰਾ ਧਿਆਨ ਰੱਖੇ। ਪਹਿਲੀ ਗੱਲ ਤਾਂ ਉੱਥੇ ਸਿਸਟਮ ਜਿਹੜਾ ਪੜ੍ਹਾਈ ਦਾ ਉਹ ਬਹੁਤ ਹੀ ਆਸਾਨ ਹੈ, ਹਫ਼ਤੇ 'ਚ ਇੱਕ ਦਿਨ ਕਲਾਸ ਹੁੰਦੀ ਹੈ ਮਾਸਟਰਸ ਵਾਲੇ ਸਟੂਡੈਂਟਸ ਦੀ, ਅਤੇ ਜਿਹੜੇ ਅੰਡਰਗ੍ਰੈਜੂਏਟ ਲਈ ਜਾਂਦੇ ਨੇ ਉਹਨਾਂ ਦੀ 3 ਦਿਨ ਕਲਾਸ ਹੁੰਦੀ ਹੈ, ਅਤੇ ਉਹਨਾਂ ਨੂੰ 20 hours ਪਰ ਵੀਕ ਵਰਕ ਅਲਾਓ ਹੁੰਦਾ। ਕੁਝ ਸਟੂਡੈਂਟਸ ਸਿੱਧਾ ਹੀ ਕੰਮ ਕੰਨੀ ਧਿਆਨ ਲਾ ਲੈਂਦੇ, ਉਹਨਾਂ ਨੂੰ ਜੇ ਪੜ੍ਹਾਈ ਕੰਨੀ ਪੂਰਾ ਧਿਆਨ ਲਾਉਣ ਤਾਂ ਆਫਟਰ ਸਟੱਡੀ ਉਹਨਾਂ ਦਾ ਅੱਛਾ ਉੱਥੋਂ ਰਿਕਰੂਟਮੈਂਟ ਉੱਥੇ ਹੋ ਜਾਂਦੀ ਹੈ, ਉਹਨਾਂ ਦੀ ਯੂਨੀਵਰਸਿਟੀ ਅਤੇ ਕਾਲਜ ਵੱਲੋਂ ਹੋ ਜਾਂਦੀ ਹੈ ਜੀ। ਪ੍ਰਗਟ ਜੀ, ਐਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ, ਕਿਸ ਨੂੰ ਕਹਿੰਦੇ ਹੋ? ਪੰਜਾਬ ਦੇ ਵਿੱਚ +2 ਵੀ ਹੈ, +2 ਵਾਲਾ 35% ਨਾਲ ਪਾਸ ਵੀ, 80 ਨਾਲ ਵੀ ਹੈਗਾ। ਹਾਂਜੀ, ਸੋ BA ਵੀ ਹੈ, BA ਵਾਲਾ ਦਾ ਜਿਹੜਾ 35% ਨਾਲ ਪਾਸ ਵੀ ਹੈਗਾ, 80 ਨਾਲ ਵੀ ਹੈਗਾ, ਕੀ ਕੀਤਾ ਜਾਵੇ, ਕੌਣ ਬੱਚਾ ਜਾ ਸਕਦਾ? ਮਿਨੀਮਮ 10+2 ਕੀਤੀ ਹੋਣੀ ਚਾਹੀਦੀ ਹੈ ਜੀ, ਐਲੀਜੀਬਿਲਟੀ ਇਜ਼ 10+2। ਅਤੇ ਜੇ ਕਿਸੇ ਬੱਚੇ ਨੇ ਗ੍ਰੈਜੂਏਸ਼ਨ ਵੀ ਕਿਸੇ ਦੇ 1 ਸਾਲ ਜਾਂ 2 ਸਾਲ ਉਰੇ ਲੱਗੇ ਹੋਏ ਨੇ ਤਾਂ ਉਹ ਵੀ ਵਿੱਚ ਵਿਚਾਲੇ ਜਾ ਸਕਦਾ। ਉਹਦਾ ਬੈਨੀਫਿਟ ਇਹ ਹੁੰਦਾ ਕਿ ਜੋ ਕ੍ਰੈਡਿਟਸ ਉਹਨੇ ਉਰੇ ਕੀਤੇ ਹੋਏ ਨੇ ਉਹ ਕ੍ਰੈਡਿਟਸ ਉਹਨੂੰ ਉੱਥੇ ਜਾ ਕੇ ਵੇਵ ਆਫ ਹੋ ਜਾਂਦੇ ਨੇ, ਓਕੇ, ਅਤੇ ਉਹਨੂੰ ਉੱਥੇ ਜਾ ਕੇ ਰਿਪੀਟ ਨਹੀਂ ਕਰਨੇ ਪੈਂਦੇ, ਅਤੇ ਉਹਨੂੰ ਜਿਵੇਂ 2nd year 'ਚ ਐਡਮਿਸ਼ਨ ਹੋ ਗਈ ਇਸ ਤਰ੍ਹਾਂ ਉਹ ਅੱਗੇ ਫਰਦਰ ਕੰਟੀਨਿਊ ਕਰ ਸਕਦਾ ਜੀ। ਅੱਛਾ, +2 ਵਾਲੇ ਬੱਚੇ ਦੀ ਗੱਲ ਛੇੜਾਂਗੇ, ਬਹੁਤ ਗਿਣਤੀ ਪੰਜਾਬ ਦੇ ਵਿੱਚ ਹੈਗੀ, ਕਿਹੜੀ ਸਟਰੀਮ ਦਾ ਬੱਚਾ ਜਾ ਸਕਦਾ? ਆਰਟਸ ਵਾਲੇ ਹੋ ਗਏ, ਮੈਡੀਕਲ ਹੋ ਗਿਆ, ਨਾਨ ਮੈਡੀਕਲ ਹੋ ਗਿਆ, ਕਿਹੜਾ ਬੱਚਾ ਜਾ ਸਕਦਾ? USA ਲਈ ਕੋਈ ਵੀ ਸਟਰੀਮ ਦਾ ਬੱਚਾ ਜਾ ਸਕਦਾ। ਬੇਸਿਕਲੀ USA ਇਜ਼ ਵਾਈਡ ਓਪਨ, ਸੋ ਮੈਨੀ ਯੂਨੀਵਰਸਿਟੀਜ਼ ਐਂਡ ਕਾਲਜਿਜ਼ ਆਰ ਇਨ USA, ਅਤੇ USA ਦੇ ਵਿੱਚ ਮਤਲਬ ਕੋਰਸਿਸ ਲਾਈਕ ਮਿਊਜ਼ਿਕ ਨੂੰ ਵੀ ਪ੍ਰਮੋਟ ਕੀਤਾ ਜਾਂਦਾ, ਸਪੋਰਟਸ ਨੂੰ ਵੀ ਕੀਤਾ ਜਾਂਦਾ, ਅਤੇ ਇਨਵਾਇਰਮੈਂਟ ਇੰਜੀਨੀਅਰਿੰਗ, ਸੋ ਮੈਨੀ ਕੋਰਸਿਸ ਆਰ ਇਨ ਜੀ। ਹੁਣ ਜਿਹੜੇ GRE, GMAT, TOEFLs, IELTS, PTE, ਇੱਕ ਤਾਂ ਹੋ ਗਿਆ ਤੁਸੀਂ ਕਿਹਾ ਕਿ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਹੋਵੇ ਬੱਚਾ, ਇੰਗਲਿਸ਼ ਬੋਲਣ ਦੀ ਸਮਰੱਥਾ ਰੱਖਦਾ ਹੋਵੇ, ਇੰਟਰਵਿਊ ਦੇਣ ਦੀ ਸਮਰੱਥਾ ਰੱਖਦਾ ਹੋਵੇ, ਪਰ ਜੇ ਇਹ ਟੈਸਟ ਕੀਤੇ ਹੋਣ ਤਾਂ ਉਹਨਾਂ ਦਾ ਕੀ ਬੈਨੀਫਿਟ?
ਤੇ ਦੂਸਰਾ ਉਹਨੂੰ ਅੱਛੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਹੈ ਜਿਸ ਦਾ ਕਿ ਨਾਮ ਹੀ ਬਹੁਤ ਹੁੰਦਾ ਹੈ ਐਂਬੈਸੀ ਦੇ ਵਿੱਚ ਤੇ ਜੋ ਜਿਹੜਾ ਨਾਮ ਸੁਣ ਕੇ ਹੀ ਵੀਜ਼ਾ ਆਫੀਸਰ 80% ਡਿਸੀਜਨ ਲੈ ਲੈਂਦਾ ਕਿ ਇਸ ਬੱਚੇ ਨੂੰ ਵੀਜ਼ਾ ਦੇ ਦਿੱਤਾ ਜਾਏ ਜੀ ਹੁਣ ਸਕਸੈਸ ਰੇਟ ਵੱਲ ਆਉਂਗਾ ਮੈਂ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਵੀਜ਼ਾ ਮਿਲਦਾ ਜਿਨ੍ਹਾਂ ਦਾ ਕੌਨਫੀਡੈਂਸ ਲੈਵਲ ਅੱਛਾ ਹੋਏ ਤੇ ਇੰਗਲਿਸ਼ ਦਾ ਲੈਵਲ ਜੇ ਅੱਛਾ ਹੈ ਤਾਂ ਗੁੱਡ ਹੈ ਜੇ ਨਹੀਂ ਵੀ ਹੈ ਤਾਂ ਅਸੀਂ ਉਹਨੂੰ ਬੂਸਟ ਕਰ ਸਕਦੇ ਹਾਂ ਮਤਲਬ ਉਹਦੇ ਤੇ ਆਪਾਂ ਮਿਹਨਤ ਕਰ ਸਕਦੇ ਹਾਂ ਸਟੱਡੀ ਕਿਵੇਂ ਦੀ ਚੂਜ਼ ਕਰਨੀ ਚਾਹੀਦੀ ਹੈ ਸਟੱਡੀ ਅੱਜ ਦੀ ਡੇਟ 'ਚ ਆਈਟੀ ਦੇ ਵਿੱਚ ਜ਼ਿਆਦਾ ਸਟੂਡੈਂਟਸ ਜਾ ਰਹੇ ਨੇ ਜਾਂ ਬਿਜ਼ਨਸ ਦੇ ਵਿੱਚ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਚੂਜ਼ ਕਾਰਨ ਕੀ ਆਈਟੀ ਬਿਜ਼ਨਸ ਹੀ ਹਰ ਦੇਸ਼ ਪ੍ਰਮੋਟ ਕਰਦਾ ਆਈਟੀ ਦੇ ਵਿੱਚ ਅੱਗੇ ਸਕੋਪ ਬਹੁਤ ਜ਼ਿਆਦਾ ਹੈ ਜੀ ਫਿਊਚਰ ਦੇ ਵਿੱਚ ਯੂਐਸਏ ਦੇ ਵਿੱਚ ਆਲ ਕੰਟਰੀਜ਼ 'ਚ ਯੂਐਸਏ ਦੇ ਵਿੱਚ ਵੀ ਹੈਗਾ ਅਤੇ ਬਾਕੀ ਕੰਟਰੀਜ਼ ਦੇ ਵਿੱਚ ਵੀ ਹੈਗਾ ਬਾਕੀ ਬਿਜ਼ਨਸ ਅੱਜ ਕੱਲ੍ਹ ਤੁਹਾਨੂੰ ਪਤਾ ਇੰਟਰਨੈਸ਼ਨਲ ਬਿਜ਼ਨਸ ਇਸ ਨੂੰ ਐਕਸਪਲੋਰ ਕਰ ਰਹੇ ਨੇ ਬਹੁਤ ਜ਼ਿਆਦਾ ਸਟੂਡੈਂਟਸ ਜੀ ਸ਼ੁਰੂਆਤ ਕਰਦੇ ਹੁਣ ਕਿ ਕਿਵੇਂ ਅਪਲਾਈ ਕੀਤਾ ਜਾ ਸਕਦਾ ਕਿਹੜੀਆਂ ਕਿਹੜੀਆਂ ਸ਼ਰਤਾਂ ਕਿਹੜੇ ਕਿਹੜੇ ਕਾਗਜ਼ ਕਿੰਨੇ ਕੁ ਫੰਡਸ ਲੱਗਣਗੇ ਇਹ ਸੁਣਨ ਦੇ ਵਿੱਚ ਆਉਂਦਾ ਅਕਸਰ ਕਿ ਇੱਕ ਜਿਹੜੀ ਯੂਨੀਵਰਸਿਟੀ ਹੈ ਜਾਂ ਇੱਕ ਕਾਲਜ ਹੈ ਉਹਦੀ I-20 ਨਾਲ ਪੂਰੀ ਨਹੀਂ ਪੈਂਦੀ ਕਿ 2 ਜਾਂ 3 ਦੇ ਵਿੱਚ ਤੁਹਾਨੂੰ ਦਾਖਲਾ ਲੈਣਾ ਪੈਂਦਾ ਹਾਂਜੀ ਇਹਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਮੇਨ ਕਾਰਨ ਤਾਂ ਇਹ ਹੈ ਜੀ ਜਦੋਂ ਵੀਜ਼ਾ ਆਫੀਸਰ ਸਟੂਡੈਂਟ ਨੂੰ ਪੁੱਛਦਾ ਇੰਟਰਵਿਊ ਦੇ ਦੌਰਾਨ ਕਿ ਤੁਸੀਂ ਕਿੰਨੇ ਕਾਲਜਿਸ ਤੇ ਯੂਨੀਵਰਸਿਟੀਜ਼ ਟਰਾਈ ਕੀਤਾ ਤਾਂ ਉਹਦੇ ਲਈ ਆਪਾਂ ਨੂੰ ਇੱਕ ਤਾਂ ਉਹਨਾਂ ਦਾ ਸੋਲਿਡ ਜਵਾਬ ਤਿਆਰ ਹੋ ਜਾਂਦਾ ਕਿ ਹਾਂਜੀ ਅਸੀਂ 2 ਤੋਂ 3 ਯੂਨੀਵਰਸਿਟੀਜ਼ ਅਪਲਾਈ ਕੀਤਾ ਤੇ ਫਿਰ ਉਹਦੇ ਵਿੱਚੋਂ ਆਪਾਂ ਨੂੰ ਇੱਕ ਅੱਛੀ ਯੂਨੀਵਰਸਿਟੀ ਚੂਜ਼ ਕਰਨੀ ਪੈਂਦੀ ਹੈ ਜਿਹਦੇ ਲਈ ਅਸੀਂ ਅੱਗੇ ਪ੍ਰੋਸੀਡ ਕਰੀਏ ਜੀ ਪ੍ਰਗਟ ਜੀ ਜਿਹੜਾ ਤੁਸੀਂ ਹੁਣ ਕਿਹਾ ਕਿ 2-3 ਯੂਨੀਵਰਸਿਟੀਆਂ ਦੇ ਵਿੱਚ I-20 ਦਾਖਲੇ ਲਈ ਕੀ ਸ਼ਰਤਾਂ ਹੁੰਦੀਆਂ ਨੇ ਦਾਖਲੇ ਲਈ ਇੱਕ ਤਾਂ ਆਪਾਂ ਨੂੰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੈ ਜਿਹੜੀ ਕਿ 18 ਤੋਂ 20 ਲੱਖ ਰੁਪਈਆ ਫੰਡਸ ਹੋਣੇ ਚਾਹੀਦੇ ਇਹ ਜ਼ਰੂਰੀ ਦਾਖਲੇ ਵੇਲੇ ਹੋਣੇ ਹਾਂਜੀ ਦਾਖਲੇ ਵੇਲੇ ਹੀ ਚਾਹੀਦੇ ਕਿੰਨੇ ਪੁਰਾਣੇ ਇਹਦੇ ਵਿੱਚ ਪੁਰਾਣੇ ਦਾ ਕੋਈ ਜ਼ਰੂਰੀ ਨਹੀਂ ਹੈ ਅਸੀਂ 1 ਦਿਨ ਪੁਰਾਣੇ ਵੀ ਦਿਖਾ ਸਕਦੇ ਹਾਂ ਅੱਛਾ ਨੋ ਓਲਡ ਫੰਡਸ ਨੋ ਓਲਡ ਫੰਡਸ ਸਿਰਫ ਤੁਹਾਡੇ ਕੋਲ 18-20 ਲੱਖ ਰੁਪਈਆ ਹੋਣਾ ਚਾਹੀਦਾ ਇਹ ਤੁਹਾਡਾ ਆਪਣਾ ਹੋਏ ਇਹ ਵੀ ਜ਼ਰੂਰੀ ਨਹੀਂ ਤੁਸੀਂ ਕਿਸੇ ਭੈਣ ਭਰਾ ਰਿਸ਼ਤੇਦਾਰ ਦਾ ਵੀ ਦਿਖਾ ਸਕਦੇ ਹੋ ਸਭ ਤੋਂ ਵੱਡਾ ਬੈਨੀਫਿਟ ਆਪਾਂ ਨੂੰ ਇਹ ਮਿਲਦਾ ਜੀ ਇਹ ਹੋ ਗਿਆ ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਵੀਜ਼ਾ I-20 ਕਿਸ ਚੀਜ਼ ਨਾਲ ਮਿਲੇਗਾ ਤੁਹਾਨੂੰ ਇਹਦੇ ਵਿੱਚ ਸਾਨੂੰ ਜਿਹੜੀ ਪ੍ਰੀਵੀਅਸ ਸਟੱਡੀ ਜਿੱਥੋਂ ਬੱਚੇ ਨੇ ਕੀਤੀ ਹੁੰਦੀ ਹੈ ਉੱਥੋਂ ਲੈਟਰ ਆਫ ਰੈਕਮੈਂਡੇਸ਼ਨਸ ਚਾਹੀਦੀਆਂ ਹੁੰਦੀਆਂ ਸਟੂਡੈਂਟ ਦੀਆਂ ਕਿ ਉਹਦਾ ਕਿੱਦਾਂ ਦਾ ਉਹਦਾ ਰਿਕਾਰਡ ਰਿਹਾ ਪਿਛਲਾ ਪੜ੍ਹਾਈ ਦੇ ਦੌਰਾਨ ਜੇ ਕੋਈ ਵਰਕ ਐਕਸਪੀਰੀਅੰਸ ਪਿੱਛੇ ਹੈਗਾ ਕਿਸੇ ਦਾ ਸਟੱਡੀ ਦੇ ਵਿੱਚ ਗੈਪ ਹੈ ਉਹ ਵਰਕ ਕਰ ਰਿਹਾ ਤਾਂ ਸਾਨੂੰ ਉਹਦੇ ਜਿੱਥੋਂ ਕੰਮ ਕਰ ਰਿਹਾ ਉੱਥੋਂ ਦੇ ਉਹਦੇ ਇੰਪਲੋਇਰ ਵੱਲੋਂ ਚਾਹੀਦਾ ਹੋਊਗਾ ਉਹ ਚੀਜ਼ਾਂ ਬਾਕੀ ਜੋ ਡਾਕੂਮੈਂਟੇਸ਼ਨ ਹੈ ਉਹ ਅਸੀਂ ਖੁਦ ਤਿਆਰ ਕਰ ਦਿੰਦੇ ਹਾਂ ਜਾਂ ਸਟੂਡੈਂਟ ਦੀ ਹੈਲਪ ਕਰ ਦਿੰਦੇ ਹਾਂ ਬਾਕੀ ਅਕੈਡਮਿਕਸ ਤਾਂ ਚਾਹੀਦੇ ਹੀ ਹੁੰਦੇ ਨੇ ਜ਼ਰੂਰੀ ਹੈ 10th ਆਨਵਰਡਸ ਜਿੰਨੇ ਅਕੈਡਮਿਕਸ ਨੇ ਉਹ ਸਾਨੂੰ ਚਾਹੀਦੇ ਨੇ ਜੀ ਅੱਛਾ ਪ੍ਰਗਟ ਜੀ ਜਿਹੜੀਆਂ ਯੂਨੀਵਰਸਿਟੀਜ਼ ਨੇ ਜਦੋਂ ਦਾਖਲਾ ਦੇ ਦਿੰਦੀਆਂ ਫਿਰ ਆਪਣਾ ਸਾਡਾ ਕੀ ਕੰਮ ਰਹਿ ਜਾਂਦਾ ਹੈ ਕਿ ਫਾਈਲ ਤਿਆਰ ਕਰਕੇ ਅੰਬੈਸੀ 'ਚ ਪਾਉਣੀ ਹਾਂਜੀ ਉਸ ਤੋਂ ਬਾਅਦ ਅਸੀਂ ਜਦੋਂ ਬੱਚੇ ਦੀ ਐਡਮਿਸ਼ਨ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹਦੀ ਫਾਈਲ ਪ੍ਰਪੇਅਰ ਕਰਕੇ ਉਹਨੂੰ ਤੇ ਬੱਚੇ ਨੂੰ ਤਿਆਰ ਕਰਕੇ ਇੰਟਰਵਿਊ ਲਈ ਅਸੀਂ ਉਹਨੂੰ ਅੰਬੈਸੀ 'ਚ ਭੇਜਦੇ ਇੰਟਰਵਿਊ ਹਰ ਇੱਕ ਬੱਚੇ ਦੀ ਹੋਣੀ ਹੈ ਇੰਟਰਵਿਊ ਹਰ ਇੱਕ ਬੱਚੇ ਦੀ ਸਕਸੈਸ ਰੇਟ ਦੇ ਕਾਰਨ ਕੀ ਨੇ ਕਿ ਸਕਸੈਸ ਕਿਵੇਂ ਕੀਤੀ ਜਾ ਸਕਦੀ ਹੈ ਫਾਈਲ ਔਰ ਰਿਜੈਕਸ਼ਨ ਦੇ ਕੀ ਕਾਰਨ ਬਣਦੇ ਨੇ ਯੂਐਸਏ 'ਚ ਰਿਜੈਕਸ਼ਨ ਦਾ ਸਭ ਤੋਂ ਵੱਡਾ ਕਾਰਨ ਇਹ ਬੰਦਾ ਜਿਹੜੇ 10+2 ਤੋਂ ਬਾਅਦ ਬੱਚੇ ਜਾਂਦੇ ਨੇ ਉਹ ਜ਼ਿਆਦਾਤਰ ਨਰਵਸ ਹੁੰਦੇ ਨੇ ਉਹਨਾਂ ਨੇ ਕਦੀ ਇੰਟਰਵਿਊ ਦਾ ਮਾਹੌਲ ਨਹੀਂ ਦੇਖਿਆ ਹੁੰਦਾ ਤੇ ਉਹ ਖੜੇ ਹੋ ਕੇ ਇੰਟਰਵਿਊ ਦਿੰਦੇ ਨੇ ਤੇ ਕਈ ਵਾਰ ਉਹ ਨਰਵਸ ਹੋ ਜਾਂਦੇ ਨੇ ਇਹੋ ਜਿਹਾ ਮਾਹੌਲ ਦੇਖ ਕੇ ਸਾਡਾ ਇਹੀ ਜ਼ੋਰ ਰਹਿੰਦਾ ਕਿ ਬੱਚੇ ਨੂੰ ਉਹਦਾ ਮੋਰਾਲ ਬੂਸਟ ਕੀਤਾ ਜਾਏ ਤਾਂ ਕਿ ਉਹ ਉੱਥੇ ਈਜ਼ੀਲੀ ਇੰਟਰਵਿਊ ਫੇਸ ਕਰ ਸਕੇ ਬਾਕੀ ਉਹਦਾ ਇੰਗਲਿਸ਼ ਦਾ ਲੈਵਲ ਦੇਖਿਆ ਜਾਂਦਾ ਤੇ I-20 ਦੇਖਿਆ ਜਾਂਦਾ ਸਟੱਡੀ ਗਲੋਬਲ ਕਿਵੇਂ ਤਿਆਰੀ ਕਰਵਾਉਂਦਾ ਯੂਐਸਏ ਦੀ ਸਟੱਡੀ ਗਲੋਬਲ ਸਭ ਤੋਂ ਪਹਿਲਾਂ ਤਾਂ ਸਾਡਾ ਇਹੀ ਹੁੰਦਾ ਕਿ ਅਸੀਂ ਬੱਚੇ ਨੂੰ ਵਧੀਆ ਕਾਲਜ ਜਾਂ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਈਏ ਉਸ ਤੋਂ ਬਾਅਦ ਜਦੋਂ ਬੱਚੇ ਦੀ ਇੱਕ ਵਾਰ ਐਡਮਿਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡਾ ਪੂਰਾ ਇਹੀ ਖਿਆਲ ਹੁੰਦਾ ਕਿ ਬੱਚੇ ਦੀ ਇੰਗਲਿਸ਼ ਦਾ ਲੈਵਲ ਉਹਨੂੰ ਇੰਟਰਵਿਊ ਲਈ ਪੂਰਾ ਪੋਲਿਸ਼ ਕੀਤਾ ਜਾਏ ਸੋ ਦੈਟ ਕਿ ਬੱਚਾ ਈਜ਼ੀਲੀ ਅਤੇ ਕੌਨਫੀਡੈਂਟਲੀ ਇੰਟਰਵਿਊ ਫੇਸ ਕਰੇ ਜੀ ਅੱਛਾ ਜਦੋਂ ਫਾਈਲ ਪੈ ਜਾਂਦੀ ਹੈ ਇੰਟਰਵਿਊਜ਼ ਹੋ ਜਾਂਦੀ ਹੈ ਕਿੰਨੇ ਕੁ ਦਿਨ ਦੇ ਵਿੱਚ ਰਿਜ਼ਲਟ ਜਿਹੜਾ ਹੈਗਾ ਮਿਲ ਜਾਂਦਾ ਸਰ ਯੂਐਸਏ ਦਾ ਸਭ ਤੋਂ ਵੱਡਾ ਆਪਾਂ ਨੂੰ ਇਹੀ ਬੈਨੀਫਿਟ ਹੈ ਜਿਸ ਦਿਨ ਇੰਟਰਵਿਊ ਹੁੰਦੀ ਹੈ ਸੇਮ ਡੇ ਡਿਸੀਜ਼ਨ ਹੋ ਜਾਂਦਾ ਜੇ ਉਹਨਾਂ ਨੇ ਆਪਣਾ ਪਾਸਪੋਰਟ ਉੱਥੇ ਰੱਖ ਲਿਆ ਇਸ ਦਾ ਮਤਲਬ ਕਿ ਉਹ ਆਪਾਂ ਨੂੰ ਵੀਜ਼ਾ ਮਿਲ ਗਿਆ ਅਤੇ 3 ਤੋਂ 4 ਦਿਨਾਂ ਦੇ ਦੌਰਾਨ ਆਪਣਾ ਪਾਸਪੋਰਟ ਵੀਜ਼ਾ ਲੱਗ ਕੇ ਘਰੇ ਆ ਜਾਂਦਾ ਜੀ ਹੁਣ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਬੱਚਾ ਵਿਦੇਸ਼ ਜਾਣ ਦੀ ਸੋਚਦਾ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਕੋਰਸ ਦੀ ਸਿਲੈਕਸ਼ਨ ਵੇਲੇ ਸੇਮ ਸਟ੍ਰੀਮ ਦੇ ਵਿੱਚ ਜਾਣਾ ਚਾਹੀਦਾ ਮੈਡੀਕਲ ਨੂੰ ਜੀ ਇਹ ਸਭ ਤੋਂ ਜ਼ਰੂਰੀ ਹੈ ਜੇ ਬੱਚੇ ਨੇ ਆਪਣੀ ਉਰੇ ਕੋਈ ਵੀ ਉਹਦੀ ਪ੍ਰੀਵੀਅਸ ਸਟੱਡੀ ਰਹੀ ਹੈ ਕਿਸੇ ਵੀ ਸਟ੍ਰੀਮ ਦੇ ਵਿੱਚ ਤਾਂ ਉਹ ਫਰਦਰ ਉਸੇ ਸਟ੍ਰੀਮ ਦੇ ਨਾਲ ਰੈਲੇਵੈਂਟ ਕੋਰਸ ਵਿੱਚ ਅੱਗੇ ਜਾਏ ਬਿਕੋਜ਼ ਵੀਜ਼ਾ ਆਫੀਸਰ ਨੇ ਸਭ ਤੋਂ ਪਹਿਲਾਂ ਹੀ ਪੁੱਛਣਾ ਵਾਈ ਯੂ ਹੈਵ ਚੂਜ਼ਨ ਦਿਸ ਪਾਰਟੀਕੂਲਰ ਕੋਰਸ ਸੋ ਇਟਸ ਦਾ ਮੇਨ ਥਿੰਗ ਅੱਛਾ ਤੁਸੀਂ ਆਪ ਉੱਥੇ ਪੜ੍ਹੇ ਹੋ ਤੁਹਾਨੂੰ ਤੁਸੀਂ ਵੀ ਇੰਟਰਵਿਊ ਫੇਸ ਕੀਤੀ ਹੈ ਇਹ ਸਵਾਲ ਨਹੀਂ ਉੱਠਦਾ ਅੰਬੈਸੀ ਦੇ ਵਿੱਚ ਕਿ ਇਸ ਤਰ੍ਹਾਂ ਦੇ ਕੋਰਸ ਜਿਹੜੇ ਨੇ ਆਲਰੇਡੀ ਇੰਡੀਆ ਦੇ ਵਿੱਚ ਹੈਗੇ ਤੁਸੀਂ ਯੂਐਸਏ ਕਿਉਂ ਪੜ੍ਹਨ ਚੱਲੇ ਹੋ
हाँ जी, ये तो हरेक अंबैसी ऑफिस वीजा ऑफिसर हरेक अंबैसी के अराइज होंगे, बट द थिंग इज दैट कि उन्होंने पता है कि अजकल इंटरनेशनल एक्सपलोजर लैन लिए स्टूडेंट्स बाहर जाते हैं, तो एज वी नो यूएसए इज द नंबर वन कंट्री इन द वर्ल्ड, सो मोस्ट ऑफ द स्टूडेंट्स वांट टू डू अपनी पढ़ाई उतों ही करना चाहते हैं जी। अच्छा, वीजा कितने टाइम का मिलेगा विद्यार्थी? इस दे विच वीजा स्टूडेंट नू 5 साल का लगता है, चाहे उसकी पढ़ाई 2 साल की होए मास्टर्स प्रोग्राम, चाहे उसकी 3 से 4 साल की, चाहे प्लस टू वाला बच्चा चाहे बीए वाला। हाँ जी, वीजा उसनू 5 साल का ही मिलेगा। फॉर एग्जाम्पल के बच्चा जिहड़ा हैगा पढ़ाई उसकी 2 साल की, 3 साल की करेगा बच्चे का आफ्टर वीजा आफ्टर स्टडी बच्चे का H1 च कन्वर्ट हो जाता जिन्हों आप वर्क वीजा कहने। वर्क वीजा हो गया। हाँ जी, H1 तो बाद ग्रीन कार्ड मिल जाता बच्चे नू। जी अच्छा, विद्यार्थी जिहड़ा उत्थे जांदा हैगा उन्हें किस तरह के कोर्स सिलेक्ट करने चाहिए ने, साल के करने चाहिए ने, दो दे करने चाहिए ने, डिग्रीज लैनी चाहिए, स्कोप किन चीज़ों से देखते हैं? साडा मोस्टली मेन यही होंदा है कि बच्चे नू डिग्री प्रोग्राम लिए भेजा जाए ताकि अगे डिग्री का स्कोप ज़्यादा अच्छा है एज कंपेयर टू डिप्लोमा डिग्री का। हाँ जी जी, स्टडी ग्लोबल किमें डील कर रहा है, कि यूनिवर्सिटी के डायरेक्ट आई आपसे? साडे कोल मोर दैन 200 यूनिवर्सिटी एंड कॉलेजेस हैं, स्टेट यूनिवर्सिटीज, गवर्नमेंट रेकोगनाइज यूनिवर्सिटीज एंड कॉलेजेस, ते बिजनेस कॉलेजेस आल्सो जी। अच्छा, प्राइवेट और गवर्नमेंट दे विच की फर्क रहिंदा इत्थे? जिहड़ा प्राइवेट हुंदा जी उहदे विच ट्यूशन फीस थोड़ी ज़्यादा हुंदी है, ते एज कंपेयर टू गवर्नमेंट रेकोगनाइज जिहड़े हुंदे आ, ते कुछ जिहड़े स्टेट यूनिवर्सिटीज आ उन्हां दा ट्यूशन फीस घट हुंदी है, ते बाकी उन्हां दा रेपुटेशन भी थोड़ा जिहा आफ्टर कंप्लीशन ऑफ स्टडी बच्चे नू जॉब मिलन दे विच थोड़ी आसानी हो जाएगी। फीस दा स्ट्रक्चर की रहेगा कि बच्चा जिहड़ा हैगा जो उन्हें जाना हैगा किन्नी फीस पहला भरेगा किन्नी बाद दे विच किहड़े-किहड़े खर्चे अप्लाई वाले आ जाने? इस दे विच जी सब तो पहला बच्चे दा खर्चा आंदा एडमिशन ते, लाइक जिदा प्रोस्पेक्टस ते हुंदा उवें एप्लीकेशन फीस होगी, ते उस तो बाद कोरियर दे चार्जिस, ते असीं अपनी सारी फीस आफ्टर वीजा चार्ज करदे आं। पहला बच्चे तो कुछ नहीं लिता जाता, पहला उदा अंबैसी फीस का खर्चा आंदा $160, एक होमलैंड सिक्योरिटी का खर्चा आंदा जिन्हों की सर्विस फीस कहने दैट इज $200 जी, ते टोटल कुल मिला के बच्चे का 30-40 हज़ार रुपए का खर्चा आ जाता है पहला शुरुआत विच, ते असी जो भी अपना चार्ज करेंगे आफ्टर वीजा ही $700-800 सी कहने $900 जिहड़ा खर्चा आ जाना है बच्चे का। हाँ जी, वो राउंड स्टार्टिंग दे विच आ जाता है, ते इहदे नाल बच्चे नू अपने फंड्स दिखाने होंदे ओ पुराने चाहे ना होण चाहे ना होण ओ जिद्दां तुहानू दस्सिया जी। ਇਹਦੇ ਵਿੱਚ ਜਿਹੜਾ ਹੈਗਾ ਸਪਾਊਸ ਕੇਸ ਵੀ ਅਲਾਓ ਹੈਗਾ? ਹਾਂਜੀ, ਇਹਦੇ ਵਿੱਚ ਸਪਾਊਸ ਵੀ ਜਾ ਸਕਦਾ, ਉਹ ਇੰਟਰਵਿਊ ਕਿਸੇ ਵੀ ਲੈਂਗੁਏਜ 'ਚ ਦੇ ਸਕਦਾ, ਸਟੂਡੈਂਟ ਦੇ ਲਈ ਮਸਟ ਹੁੰਦਾ ਕਿ ਉਹਨੇ ਇੰਗਲਿਸ਼ 'ਚ ਦੇਣੀ ਹੈ, ਸਪਾਊਸ ਕੈਨ ਗਿਵ ਇੰਟਰਵਿਊ। ਸਪਾਊਸ ਕਿਹੜੇ ਕੇਸਾਂ 'ਚ ਜਾ ਸਕਦਾ, ਪਲੱਸ ਟੂ ਤੋਂ ਬਾਅਦ ਜਾਂ ਬੀਏ ਤੋਂ ਜਾਂ ਕਿਸੇ ਵੀ ਕਲਾਸ ਦੇ? ਮੋਸਟਲੀ ਪ੍ਰੈਫਰ ਕੀਤਾ ਜਾਂਦਾ ਕਿ ਆਫਟਰ ਗ੍ਰੈਜੂਏਸ਼ਨ ਹੀ ਸਪਾਊਸ ਅਪਲਾਈ ਕਰੇ, ਪਰ USA ਦੇ ਵਿੱਚ ਐਸਾ ਕੁਛ ਨਹੀਂ ਹੈ ਕਿ ਪਲੱਸ ਟੂ ਵਾਲਾ ਵੀ ਸਪਾਊਸ ਨਹੀਂ ਜਾ ਸਕਦਾ, ਤੇ ਪਲੱਸ ਟੂ ਵਾਲੇ ਦੇ ਨਾਲ ਵੀ ਜਾ ਸਕਦਾ, ਪਰ ਮੋਸਟ ਆਫ ਦਾ ਕੇਸਿਸ 10 ਪਲੱਸ ਟੂ ਵਾਲੇ ਸਟੂਡੈਂਟ ਦੀ ਉਮਰ ਪਹਿਲਾਂ ਹੀ ਬਹੁਤ ਘੱਟ ਹੁੰਦੀ ਹੈ, ਤੇ ਮੈਰਿਜ ਘੱਟ ਹੀ ਸਟੂਡੈਂਟਸ ਦੀ ਹੋਈ ਹੁੰਦੀ। ਫੀਸ ਕਿੰਨੀ ਭਰਨੀ ਪੈਂਦੀ ਹੈ ਬੱਚੇ ਨੂੰ 6 ਮਹੀਨੇ ਦੀ, ਸਾਲ ਦੀ, 2 ਸਾਲ ਦੀ ਪਹਿਲਾਂ ਇੱਥੋਂ ਜਾਣ? ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ। USA ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ, ਇੱਕ ਤਾਂ ਫੀਸ ਉੱਥੇ ਜਾ ਕੇ ਭਰਾਉਣੀ ਹੁੰਦੀ ਹੈ, ਸੈਕਿੰਡਲੀ ਉੱਥੇ ਜਾ ਕੇ ਭਰਨੀ, ਉੱਥੇ ਜਾ ਕੇ ਭਰਾਉਣੀ ਹੈ, ਉਰੋਂ ਤੁਸੀਂ ਕੋਈ ਟਿਊਸ਼ਨ ਫੀਸ ਨਹੀਂ ਪੇ ਕਰਨੀ, ਤੇ ਉੱਥੇ ਜਾ ਕੇ ਤੁਸੀਂ ਕੁਆਟਰਲੀ ਪੇ ਕਰ ਸਕਦੇ ਹੋ, 6 ਮੰਥਲੀ ਪੇ ਕਰ ਸਕਦੇ ਹੋ, ਈਵਨ ਕਿ ਮੰਥਲੀ ਵੀ ਪੇ ਕਰ ਸਕਦੇ ਹੋ। ਅੱਛਾ, ਹਾਂਜੀ, ਤੇ ਜਿੱਦਾਂ ਕਿ ਆਪਾਂ ਉਰੇ ਪੇ ਕਰਦੇ ਹਾਂ, ਉੱਥੇ ਐਸਾ ਕੁਛ ਨਹੀਂ ਹੈ ਕਿ ਤੁਸੀਂ ਪੂਰੇ ਸਾਲ ਦੀ ਫੀਸ ਭਰਾਉਣੀ ਹੈ, ਤੇ ਸਾਲ ਦੀ ਫੀਸ ਐਵਰੇਜ 8 ਲੱਖ ਤੋਂ ਲੈ ਕੇ 12-14 ਲੱਖ ਤੱਕ ਜਾਂਦੀ ਹੈ ਅਕੋਰਡਿੰਗ ਟੂ ਯੂਨੀਵਰਸਿਟੀ ਐਂਡ ਕਾਲਜਿਸ। ਸਾਲ ਦੀ ਪੜ੍ਹਾਈ ਲੈ ਲਓ ਤਾਂ 8 ਲੱਖ ਰੁਪਇਆ ਹੋ ਗਿਆ, 2 ਦੀ ਲੈ ਲਓ 16 ਲੱਖ। ਹਾਂਜੀ ਹਾਂਜੀ ਜੀ। ਅੱਛਾ, ਪੱਕੇ ਹੋਣ ਦਾ ਕੀ ਸਕੋਪ ਹੈਗਾ, ਕਿਹੜੀਆਂ ਸ਼ਰਤਾਂ ਤੇ ਬਿਨਾਂ ਤੇ ਪੱਕੇ ਹੋ ਜਾ ਸਕਦਾ? USA ਇਜ਼ ਬੇਸਿਕਲੀ ਨੋਨ ਐਜ਼ ਲੈਂਡ ਆਫ ਓਪਰਚੁਨਿਟੀਜ਼, ਤੇ USA ਦੇ ਵਿੱਚ ਪੱਕੇ ਹੋਣ ਦਾ ਸਕੋਪ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਸਭ ਤੋਂ ਜ਼ਿਆਦਾ ਹੈ, ਤੇ ਉਹਦੇ ਵਿੱਚ ਜੋਬ ਸਕੋਪ, ਬਿਜ਼ਨਸ ਸਕੋਪ ਸਾਰਾ ਕੁਝ ਹੈ, ਉਸਦੇ ਬਿਹਾਫ ਤੇ ਤੁਸੀਂ ਈਜ਼ੀਲੀ ਪੱਕੇ ਹੋ ਸਕਦੇ ਹੋ। ਪੰਜਾਬ 'ਚ ਵੀਜ਼ਾ ਘੱਟ ਲੱਗਦਾ ਹੈ ਕਿਉਂਕਿ ਪੰਜਾਬ 'ਚ ਪ੍ਰਮੋਟ ਨਹੀਂ ਕੀਤਾ ਜਾਂਦਾ USA ਨੂੰ, ਕੀ ਕਾਰਨ ਹੈ? ਪੰਜਾਬ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਾਂਦਾ, ਰੀਜ਼ਨ ਇਹ ਹੈ ਕਿ ਇਹਦੇ ਵਿੱਚ ਮੋਸਟ ਆਫ ਦਾ ਯੂਨੀਵਰਸਿਟੀਜ਼ ਕਮਿਸ਼ਨ ਨਹੀਂ ਦਿੰਦੀਆਂ, ਤੇ ਜਿਸ ਕਰਕੇ ਉਹ ਮੋਸਟ ਆਫ ਦਾ ਜਿਹੜੇ ਆਪਣੇ ਹੈਗੇ ਰਿਕਰੂਟਰਸ ਜਾਂ ਕੌਂਸਲਰਸ, ਉਹ ਜੋ ਵੀ ਆਪਾਂ ਕਰ ਰਹੇ ਨੇ ਕੰਮ ਬਾਹਰ ਦਾ ਵਿਦੇਸ਼ਾਂ ਦਾ, ਤਾਂ ਉਹ ਇਸ ਨੂੰ ਪ੍ਰਮੋਟ ਨਹੀਂ ਕਰਦੇ, ਕਿਉਂਕਿ ਬਾਕੀ ਕੰਟਰੀਜ਼ 'ਚ ਸਾਨੂੰ ਈਜ਼ੀਲੀ ਕਮਿਸ਼ਨ ਮਿਲ ਜਾਂਦੀ। ਹਾਂਜੀ, ਕਮਿਸ਼ਨਾਂ ਮਿਲ ਜਾਂਦੀਆਂ, ਤੇ USA ਈਜ਼ੀਲੀ ਕਮਿਸ਼ਨ ਨਹੀਂ ਦਿੰਦਾ, ਇਸ ਕਰਕੇ ਉਹਦੇ 'ਤੇ ਮਿਹਨਤ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਅਦਰ ਕੰਟਰੀਜ਼। ਸਕਸੈਸ ਰੇਟ ਵੀ ਫਰਕ ਹੈ ਕੁਛ ਕੇ? ਸਕਸੈਸ ਰੇਟ ਇਹਦਾ ਪਿਛਲੇ 2-2.5 ਮਹੀਨੇ 'ਚ ਬਹੁਤ ਅੱਛਾ ਰਿਹਾ, ਸਾਡੇ ਮੋਰ ਦੈਨ 50 ਵੀਜ਼ਾ ਸਟੈਂਪਡ ਇਨ 2.5 ਮੰਥਸ। 2 ਮਹੀਨੇ ਦੇ ਵਿੱਚ? ਹਾਂਜੀ, ਅਸੀਂ ਤੁਹਾਨੂੰ ਦਿਖਾ ਸਕਦੇ ਹਾਂ, ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ। ਅੱਛਾ, ਕਿਸ ਤਰ੍ਹਾਂ ਦੇ ਬੱਚੇ ਜ਼ਿਆਦਾ ਇੰਟਰਸਟ ਲੈਂਦੇ ਆ, ਕਿਹੜੇ ਆਰਟਸ ਵਾਲੇ, ਮੈਡੀਕਲ ਵਾਲੇ, ਨੋਨ ਮੈਡੀਕਲ ਵਾਲੇ, ਕਿਸ ਤਰ੍ਹਾਂ ਦੇ? ਇਹਦੇ ਵਿੱਚ ਆਇਲਟਸ ਦੇ ਜੇ 5 ਬੈਂਡ ਵੀ ਹੈ ਕਿਸੇ ਸਟੂਡੈਂਟ ਦੇ, ਉਹ ਵੀ ਅਪਲਾਈ ਕਰ ਸਕਦਾ ਹੈ,
ही इज़ ऑलसो एलीजिबल, चाहे जे 6.5 बैंड्स हैं उसके लिए भी ईजी है। तो जे नहीं आइल्स तो मैं जिदा पहला थोनू दस्या कि इंग्लिश इन्नी होनी चाहिए है कि बच्चा अपने आप नू कॉन्फिडेंटली डिफाइन कर सके वीजा ऑफिसर दे सामने। जी तुसीं देख रहे हो देश प्रदेश लाइव, साडे नाल ने स्टडी ग्लोबल तो प्रगट जी जो कि विशेष तौर पर कला यूएसए बारे चर्चा कर रहे हैं। वधेरे जानकारी लई तुसीं इन्हां दे नंबरां दे कॉन्टैक्ट कर सकते हो। शो द्वारा देखना चाहते हो तुहाडी टीवी स्क्रीन के उपर रिपीट टैलीकास्ट का समा जिहड़ा हैगा निर्धारित किया जा रहा है। अपना कोई भी सवाल यूएसए संबंधी सानू पुछना चाहते हो देश प्रदेश लाइव का फेसबुक पेज लाइक करके तुसीं सानू इनबॉक्स के अपना कोई भी सवाल जिहड़ा हैगा छड़ सकते हो। गल हो रही है यूएसए बारे। अच्छा, बहुत जिहड़े ज़्यादा कंट्रीज़ ने वो इस चीज़ में भी प्रैफर करते हैं, कई बच्चे बीए की बीए तो बाद चंगी नौकरी लग गए, उन्होंने सैलरीज अकाउंट चाहदियां ने, तीन चार साल के एक्सपीरियंस तो बाद जो विदेश जाना चाहते हो तो जा सकते हैं, कि एक्सपीरियंस के आधार पर भी यूएसए जाया जा सकता। हाँ जी, यूएसए के थोनों जान के हैरानी होगी, जो कोई 40 साल की एज है वह भी यूएसए जा सकता आफ्टर 40 ईयरस, बिकॉज यूएसए भी उन्होंने निर्धारित किया कि पढ़ाई की कोई भी उम्र नहीं हैगी, बंदा किसी भी उम्र के पढ़ सकता। तो आप तीन चार साल का एक्सपीरियंस है, उस तो बाद बंदा प्रमोशन लैन ली तो फरदर स्टडीज़ एडवांस इंटरनेशनल एक्सपलोजर लैन ली यूएसए तो पढ़ाई कर सकता। जी प्रगट जी, तुम इतने पढ़े हो, किस तरह का माहौल है, पंजाबी कामयाब हो सकता? हाँ जी, उत्थे पंजाबी ही कामयाब है सब तो ज्यादा। कारण यह है कि एक तो अपना पुराने उत्थे पंजाबी बहुत ज्यादा गए हुए हैं, तो अपना माहौल उत्थे बहुत अच्छा है, तो यूएसए दे विच किसी तरह की दिक्कत नहीं आती स्टूडेंट नू, इंटरनेशनल एक्सपलोजर होंदा ते सारा कुछ प्रोवाइड होंगे स्टूडेंट नू बहुत ईजीली। एरिया किवें सिलेक्ट करना चाहिए, किहड़े एरिए च पढ़न जाइए? मोस्ट ऑफ द स्टूडेंट्स कैलीफोर्निया नू प्रैफर करते हैं, बिकॉज वह अपना बिल्कुल ही पंजाब वाला माहौल होंगे, पंजाब वाला वैदर है, तो अपने पंजाबी बहुत ज्यादा पाए जाते हैं। तो न्यूयॉर्क के भी बहुत स्टूडेंट्स जाना चाहते हैं, वाशिंगटन, न्यूयॉर्क, बाकी भी होर बहुत स्टेट्स ने जिथे स्टूडेंट्स जाके राजी ने। यूनिवर्सिटी सिलेक्ट करने वेले किस चीज़ का ख्याल रखा जाए जो अभी यूनिवर्सिटी सिलेक्ट करनी है? यूनिवर्सिटी का बैकग्राउंड देखना चाहिए, यूनिवर्सिटी कितनी पुरानी है, यूनिवर्सिटी का की रिकॉर्ड है, वो इंटरनेशनल स्टूडेंट्स कितने ने, तो बाकी यूनिवर्सिटी का मेन तो यही देखा जाता है कि यूनिवर्सिटी वैल रैकोगनाइज्ड हो। जिस तरह प्रगट जी ने कहा कि वैल रिकगनाइज्ड हो, सारे देशों के वर्तारा हैगा कि जो असी किसी भी देश के अपलाई करना है तो घट्टो घट इंस्टीट्यूशनस देखो, क्योंकि पिछले जो यूके के बहुत सारे कॉलेज बंद हुए, विद्यार्थियों ने फीसा भरिया, उस तो पहला आस्ट्रेलिया के दिक्कत आई, हूँ सिंगापुर के आके हटी है। सो किसी भी देश के जाने तो पहला कॉलेज की नींह जी है जरूर देख लो कि किन्ने चिर तो कॉलेज चल रहा है, किस तरह का हैगा, की फैसिलिटीज़ है, सरकारी है, प्राइवेट है, जो प्राइवेट है तो किस लैवल का हैगा। सो क्योंकि यह ना हो कि असी पहुँच भी जाइए, सब कुछ हो जाए, बिल्कुल पढ़ाई वेले सानू जिहड़ा हैगा सर्टिफिकेट ना मिले, साडी वैल्यू तां ही है जे असी विदेशों के जाके पढ़ांगे तो कामयाब होवांगे। अच्छा, गैप जिहड़ा हैगा किन्ने को एक्सेप्टेबल हैगा, किन्ने तक असी जिहड़ा हैगा अप्लाई कर सकते? गैप बेसिकली गैप प्रॉपर गैप नहीं होना चाहिए किसी भी स्टूडेंट का। गैप के दौरान स्टूडेंट नू किते भी जां तां कोई काम कर रहा होए, किते जॉब कर रहा होए, जां गैप के दौरान उन्हें कोई छोटी मोटी डिप्लोमा कीता होए, पढ़ाई कीती होए, तां वो एक्सेप्टेबल है, अदरवाइज गैप किसी भी कंट्री विच ईजीली एक्सेप्टेबल नहीं होंदा। जी अच्छा, पढ़ाई कहो जी है प्रगट जी उत्थे? आम देशों के प्रैक्टिकल होंगी है ज़्यादातर, यूएसए के पढ़ाई कहो जी? हाँ जी, उत्थे भी ज़्यादा प्रैक्टिकल ही है, उत्थे असाइनमेंट सिस्टम है, तो जिहड़े मास्टर्स के स्टूडेंट्स है उन्होंने तो हफ्ते च एक दिन ही क्लास होंगी है, बाकी उन्होंने आफ्टर वन वीक उन्होंने उत्थे प्रेजेंटेशन होंगी है, असाइनमेंट सबमिट होंगी है, ऑनलाइन रिजल्ट आता है, ठीक है जी, बाकी रेस्ट ऑफ द डेज स्टूडेंट को बाकी काम करन ली ते पढ़ाई करन ली खुला टाइम होंदा। इनटेक किहड़े-किहड़े होंदे ने, किवें बच्चा अप्लाई करदा? इनटेक इहदे विच मोस्ट ऑफ द यूनिवर्सिटी च दो इनटेक होंदे ने, ते बट रीसेंटली हुण पाया गया कि कुछ यूनिवर्सिटी कॉलेजेस ने तीन तीन महीने बाद भी इनटेक शुरू कर दिते ने। सिर्फ दाखला लेना है और वीजा लेना है, बहुत सारे पंजाबी लोग उत्थे पहुँचते हैं स्कॉलरशिप के आधार पर पढ़ते हैं, बड़े कामयाब हो रहे हैं। सो विद्यार्थियों भी इस चीज़ वाल थोड़ा जहा ध्यान देना चाहिए, जो थोड़े नंबर परसेंटेज अच्छे ने, थोड़ी आयल्स इंग्लिश स्कोर अच्छा है, चाहे वो जी आर ई जी मैट किया, कुछ भी किया है, वो अपनी असैसमेंट जी है अपने कंसलटेंट्स तो तुम जी है करवा सकते हो। किन्ने कु लैवल दी यूनिवर्सिटियां हुण कई यूनिवर्सिटियां ऐसी भी सुनिया कि जिथे पंजाबी बच्चे पढ़ते ही नहीं, इस तरह की यूनिवर्सिटीज़ है कुछ? नहीं, यूएसए दे विच इहो जिहा कुछ नहीं है जी, यूएसए दे विच बच्चे
ਬੱਚਿਆਂ ਨੂੰ ਪੜ੍ਹਨਾ ਹੀ ਪੈਂਦਾ ਅਦਰਵਾਈਜ਼ ਨਹੀਂ ਪੜ੍ਹਨ ਤੋਂ ਭਾਵ ਮੇਰਾ ਹੈਗਾ ਕਿ ਐਸੀ ਇਸ ਲੈਵਲ ਇੰਨਾ ਉੱਚਾ ਹੈਗਾ ਕਿ ਪੰਜਾਬੀ ਬੱਚਿਆਂ ਨੂੰ ਦਾਖਲਾ ਹੀ ਨਹੀਂ ਮਿਲਦਾ ਨਹੀਂ ਦਾਖਲਾ ਮਿਲ ਜਾਂਦਾ ਹੈ ਜੀ ਮਿਲ ਜਾਂਦਾ ਹਾਂਜੀ ਐਸੀ ਕੋਈ ਦਿੱਕਤ ਨਹੀਂ ਆਉਂਦੀ ਪੰਜਾਬੀ ਬੱਚੇ ਨੂੰ ਉਹਦਾ ਬੈਕਗ੍ਰਾਉਂਡ ਪ੍ਰੀਵੀਅਸ ਸਟੱਡੀ ਅਬਵ 60% ਮਾਰਕਸ ਹੋਏ ਤਾਂ ਉਹਨੂੰ ਆਸਾਨੀ ਨਾਲ ਦਾਖਲਾ ਮਿਲ ਜਾਂਦਾ ਤੁਸੀਂ ਉੱਥੇ ਰਹੇ ਹੋ ਜ਼ਿਆਦਾ ਪੰਜਾਬ ਤੋਂ ਇਲਾਵਾ ਇੰਡੀਆ ਦਾ ਜਿਹੜਾ ਕਲਚਰ ਹੈਗਾ ਕਿ ਉਹ ਕੇਰਲਾ ਜਾਂ ਸਾਊਥ ਇੰਡੀਆ ਦੇ ਲੋਕ ਹਾਂਜੀ ਜ਼ਿਆਦਾ ਸਾਊਥ ਇੰਡੀਅਨਸ ਜਾਂਦੇ ਨੇ ਉਹ ਕਿਉਂਕਿ ਉੱਧਰ ਦੇ ਸਟੂਡੈਂਟਸ ਨੂੰ ਪੜ੍ਹੇ ਲਿਖੇ ਜ਼ਿਆਦਾ ਹੁੰਦੇ ਨੇ ਉਹਨਾਂ ਦਾ ਇੰਗਲਿਸ਼ ਦਾ ਫਲੋ ਅੱਛਾ ਹੁੰਦਾ ਤੇ ਆਪਣੇ ਸਟੂਡੈਂਟਸ ਅਮਰੀਕਾ ਦੇ ਨਾਂ ਤੋਂ ਹੀ ਡਰ ਜਾਂਦੇ ਨੇ ਤੇ ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਕੱਲ੍ਹ ਇੰਗਲਿਸ਼ ਦਾ ਉਰੇ ਪ੍ਰਮੋਟ ਕੀਤੀ ਜਾ ਰਹੀ ਹੈ ਆਇਲਟਸ ਸੈਂਟਰ ਨੇ ਸਪੋਕਨ ਇੰਗਲਿਸ਼ ਦੀਆਂ ਕਲਾਸਿਸ ਲੱਗਦੀਆਂ ਨੇ ਤਾਂ ਉਹਦੀ ਹੈਲਪ ਦੇ ਨਾਲ ਆਪਾਂ ਵੀ ਇੰਟਰਵਿਊ ਈਜ਼ੀਲੀ ਫੇਸ ਕਰ ਸਕਦੇ ਹਾਂ ਕਿੰਨਾ ਕੁ ਅਸਰ ਪੈਂਦੀ ਹੈ ਚੰਗੀ ਇੰਗਲਿਸ਼ ਜਦੋਂ ਇੰਟਰਵਿਊ ਦਿੰਦਾ ਬੱਚਾ ਵੀਜ਼ੇ ਦੇ ਵਿੱਚ ਜੇ ਚੰਗੀ ਇੰਗਲਿਸ਼ ਆਉਂਦੀ ਹੈ ਦੇਖੋ ਜੀ ਜਦੋਂ ਬੱਚੇ ਦੀ ਅੱਛੀ ਯੂਨੀਵਰਸਿਟੀ 'ਚ ਐਡਮਿਸ਼ਨ ਹੋ ਜਾਂਦੀ ਹੈ ਤਾਂ ਉਸਦਾ 50% ਕੰਮ ਹੋ ਜਾਂਦਾ ਬਾਕੀ ਦਾ 50% ਉਹਦੀ ਇੰਟਰਵਿਊ 'ਤੇ ਹੀ ਡਿਪੈਂਡ ਹੁੰਦਾ ਅਤੇ ਉਹ ਇੰਟਰਵਿਊ ਜੇ ਬੱਚਾ ਕੌਨਫੀਡੈਂਟਲੀ ਦੇ ਦਿੰਦਾ ਤਾਂ ਉਹਨੂੰ ਵੀਜ਼ਾ ਔਨ ਦਾ ਸਪੋਟ ਮਿਲ ਜਾਂਦਾ ਇੰਟਰਵਿਊ ਚਾਹੇ 1 ਮਿੰਟ ਦੀ ਹੋਏ 2 ਮਿੰਟ ਦੀ ਹੋਏ ਇਹ ਜ਼ਰੂਰੀ ਨਹੀਂ ਹੁੰਦਾ 2-3 ਮਿੰਟ ਦੀ ਇੰਟਰਵਿਊ ਐਵਰੇਜ ਹੁੰਦੀ ਹੈ ਜੀ ਇਸ ਤੋਂ ਜ਼ਿਆਦਾ ਬਹੁਤ ਹੀ ਘੱਟ ਕੇਸਿਸ 'ਚ ਪਏਗੀ ਜੀ ਪ੍ਰਗਟ ਜੀ ਜਿਹੜੇ ਬੱਚੇ ਜਾਣ ਦੀ ਸੋਚ ਰਹੇ ਨੇ ਉਹਨੂੰ ਪਹਿਲਾ ਸਟੈਪ 'ਚ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਐਡਮਿਸ਼ਨ ਲਈ ਐਡਮਿਸ਼ਨ ਕਰਾਉਣੀ ਪਏਗੀ ਕਿਸੇ ਅੱਛੀ ਯੂਨੀਵਰਸਿਟੀ ਦੇ ਵਿੱਚ ਤੇ ਉਸ ਤੋਂ ਬਾਅਦ ਫੰਡਸ ਦਾ ਅਰੇਂਜਮੈਂਟ ਕਰਨ ਤੇ ਐਡਮਿਸ਼ਨ ਦਾ ਕਰਨ ਉਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ 10th ਆਨਵਰਡ ਸਾਰੇ ਅਕੈਡਮਿਕ ਹੋ ਗਿਆ ਪਾਸਪੋਰਟ ਹੋ ਗਿਆ ਬਾਕੀ ਪਾਸਪੋਰਟ ਹੋ ਗਿਆ ਫੋਟੋਗ੍ਰਾਫਸ ਹੋ ਗਈਆਂ ਤੇ ਫੰਡਸ ਹੋ ਗਿਆ ਮੇਨ ਸਾਨੂੰ ਇਹੀ ਡਾਕੂਮੈਂਟ ਚਾਹੀਦੇ ਸਟੂਡੈਂਟ ਵੱਲੋਂ ਉਸ ਤੋਂ ਬਾਅਦ ਆਪਣਾ ਦਾਖਲਾ ਲਓ ਹਾਂਜੀ ਦਾਖਲਾ ਲਓ ਬਾਕੀ ਅਸੀਂ ਬਾਕੀ ਡਾਕੂਮੈਂਟਸ 'ਚ ਅਸੀਂ ਸਟੂਡੈਂਟ ਦੀ ਹੈਲਪ ਕਰ ਸਕਦੇ ਟੋਟਲ ਪ੍ਰੋਸੈਸ ਕਿੰਨੇ ਟਾਈਮ ਦਾ ਟੋਟਲ ਪ੍ਰੋਸੈਸ ਜੀ 30 ਤੋਂ 40 ਦਿਨਾਂ ਦਾ ਮੈਕਸੀਮਮ ਕਈ ਯੂਨੀਵਰਸਿਟੀਜ਼ ਤਾਂ 15-20 ਦਿਨ 'ਚ ਐਡਮਿਸ਼ਨ ਆ ਜਾਂਦੀ ਹੈ ਕੁਛ ਯੂਨੀਵਰਸਿਟੀਜ਼ ਕਈ ਵਾਰ ਗਵਰਨਮੈਂਟ ਹੋਲੀਡੇਜ਼ ਆ ਜਾਂਦੀਆਂ ਜਾਂ ਵੀਕਐਂਡ 'ਤੇ ਕਈ ਵਾਰ ਬੰਦ ਹੁੰਦੀ ਹੈ ਉਸ ਦੇ ਦੌਰਾਨ 30 ਤੋਂ 35 ਦਿਨ ਲੱਗ ਜਾਂਦੇ ਨੇ ਬਾਕੀ 10 ਤੋਂ 12 ਦਿਨ ਅੰਬੈਸੀ ਪੀਰੀਅਡ ਦਾ ਟਾਈਮ ਲਗਾ ਜਿਹੜੇ ਬੱਚੇ ਇਸ ਟਾਈਮ ਇੰਟਰਸਟਡ ਨੇ ਯੂ ਐਸ ਏ ਦੇ ਵਿੱਚ ਅਸੈਸਮੈਂਟ ਕਰਾਉਣੀ ਚਾਹੁੰਦੇ ਆ ਆਪਣੀ ਉਹ ਤੁਹਾਨੂੰ ਕਿਵੇਂ ਅਤੇ ਕਿੱਥੇ ਮਿਲ ਸਕਦੇ ਉਹ ਮੈਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਅਤੇ ਤੁਹਾਨੂੰ ਆਪਣਾ ਐਡਰੈਸ ਫਾਰਵਰਡ ਕਰ ਦਿੰਦਾ ਜੀ ਤੁਸੀਂ ਉਹ ਉਸ 'ਤੇ ਆ ਕੇ ਉਹ ਮਿਲ ਸਕਦੇ ਨੇ ਪਰਸਨਲੀ ਜੀ ਕੁਛ ਹੋਰ ਕੀ ਕਹਿਣਾ ਚਾਹੁੰਦੇ ਜੀ ਯੂ ਐਸ ਏ ਬਾਰੇ ਯੂ ਐਸ ਏ ਦੇ ਵਿੱਚ ਇਸ ਵੇਲੇ ਬਹੁਤ ਹੀ ਅੱਛਾ ਸਕਸੈਸ ਰੇਟ ਚੱਲ ਰਿਹਾ ਯੂ ਐਸ ਏ ਲਈ ਜ਼ਰੂਰ ਅਪਲਾਈ ਕਰਨਾ ਚਾਹੀਦਾ ਸਟੂਡੈਂਟਸ ਨੂੰ ਜਿਹੜੇ ਸਟੂਡੈਂਟਸ ਨਿਊਜ਼ੀਲੈਂਡ ਜਾਂ ਕੈਨੇਡਾ ਵੀ ਜਾਣਾ ਚਾਹੁੰਦੇ ਆ ਉਹ ਪੈਰਲਲ ਯੂ ਐਸ ਏ ਦਾ ਟਰਾਈ ਕਰ ਸਕਦੇ ਆ ਬਿਕੋਜ਼ ਯੂ ਐਸ ਏ ਦੇ ਵਿੱਚ ਨਾ ਕੋਈ ਪੁਲਿਸ ਕਲੀਅਰੈਂਸ ਦੀ ਰਿਕੁਆਇਰਮੈਂਟ ਹੁੰਦੀ ਹੈ ਨੋ ਮੈਡੀਕਲ ਇਜ਼ ਰਿਕੁਆਇਰਡ ਉਹਦੇ ਵਿੱਚ ਸਿਰਫ ਅਤੇ ਸਿਰਫ ਐਡਮਿਸ਼ਨ ਅਤੇ ਉਸ ਤੋਂ ਬਾਅਦ ਤੁਸੀਂ ਇੰਟਰਵਿਊ ਦੇ ਸਕਦੇ ਹੋ ਅਤੇ ਜਿਸ ਕਿਸੇ ਬੱਚੇ ਦੀ ਬਾਈ ਚਾਂਸ ਵੀਜ਼ਾ ਨਹੀਂ ਲੱਗਦਾ ਤਾਂ ਤੁਹਾਡੇ ਕਿਸੇ ਵੀ ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਮੈਂ ਵੀ ਉਹੀ ਸਵਾਲ ਪੁੱਛ ਰਿਹਾ ਸੀ ਚਲੋ ਸਟੈਂਪ ਤਾਂ ਨਹੀਂ ਲੱਗਦੀ ਕਿ ਦੁਬਾਰਾ ਫਿਰ ਅਪਲਾਈ ਕਰ ਸਕਦੇ ਤੁਸੀਂ ਦੁਬਾਰਾ 10,000 ਰੁਪਏ ਦੀ ਅੰਬੈਸੀ ਫੀਸ ਦਾ ਖਰਚਾ $160 ਉਹ ਭਰ ਕੇ ਦੁਬਾਰਾ ਤੁਸੀਂ ਦੁਬਾਰਾ ਇੰਟਰਵਿਊ ਫੇਸ ਕਰ ਸਕਦੇ ਹੋ ਬਾਕੀ ਦੇ ਖਰਚੇ ਨਹੀਂ ਹੋਣੇ ਜਿਹੜੇ ਤੁਸੀਂ ਦੱਸ ਹਾਂਜੀ ਬਾਕੀ ਦੇ ਖਰਚੇ 1 ਟਾਈਮ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਿਰਫ ਅੰਬੈਸੀ ਫੀਸ ਦਾ ਖਰਚਾ ਦੁਬਾਰਾ ਹੁੰਦਾ ਜੀ ਥੈਂਕ ਯੂ ਪ੍ਰਗਟ ਜੀ ਮਿਹਰਬਾਨੀ ਸ਼ੁਕਰੀਆ ਦਰਸ਼ਕਾਂ ਦਾ ਵੀ ਧੰਨਵਾਦ ਇਹ ਸੀਗੇ ਪ੍ਰਗਟ ਜੀ ਸਟੱਡੀ ਗਲੋਬਲ ਤੋਂ ਜੋ ਕਿ ਯੂ ਐਸ ਏ ਬਾਰੇ ਵਿਸ਼ੇਸ਼ ਤੌਰ 'ਤੇ ਚਰਚਾ ਕਰ ਰਹੇ ਸੀ ਕਿਸੇ ਵੀ ਤਰ੍ਹਾਂ ਦਾ ਜ਼ਿਹਨ ਦੇ ਵਿੱਚ ਕੋਈ ਸਵਾਲ ਹੈਗਾ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਨੰਬਰਾਂ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ ਕੋਈ ਆਪਣਾ ਸਵਾਲ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਦੇਸ਼ ਪ੍ਰਦੇਸ਼ ਲਾਈਵ ਦਾ ਫੇਸਬੁੱਕ ਪੇਜ ਲਾਈਕ ਕਰਕੇ ਸਾਡੀ ਆਈ ਡੀ ਦੇ ਉੱਪਰ ਇਨਬੋਕਸ ਦੇ ਵਿੱਚ ਤੁਸੀਂ ਸਾਨੂੰ ਛੱਡ ਸਕਦੇ ਹੈਗੇ ਹੋ ਸ਼ੋਅ ਦੁਆਰਾ ਦੇਖਣਾ ਚਾਹੁੰਦੇ ਹੋ ਕੱਲ੍ਹ 3:30 ਵਜੇ ਇਹੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵੋਗੇ ਉਦੋਂ ਤੱਕ ਆਪਣੇ ਦੋਸਤ ਰਣਵੀਰ ਸਿੰਧ ਨੂੰ ਅੱਗੇ ਦੇ ਸ਼ੁਕਰੀਆ ਧੰਨਵਾਦ